ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬਕ੍ਰਿਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਬਣਾਈ ਵਿੱਚ ਵੀ ਆਪਣਾ ਡਿਜ਼ਾਈਨ ਹੈ ਜਿਹੜਾ ਬਹੁਤ ਹੀ ਜ਼ਿਆਦਾ ਆਸਾਨ ਹੈ ਤੇ ਆਪਾਂ ਇਸ ਨੂੰ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਜਾਂ ਆਪਾਂ ਇਸ ਨੂੰ ਬਾਰਡਰ ਦੇ ਤੌਰ ਤੇ ਬਣਾ ਸਕਦੇ ਹਾਂ ਉੱਪਰ ਜਿਹੜਾ ਹੋਰ ਡਿਜ਼ਾਈਨ ਪਾ ਸਕਦੇ ਹਾਂ ਜਾਂ ਆਪਾਂ ਸਾਰਾ ਹੀ ਇਹ ਹੀ ਡਿਜ਼ਾਈਨ ਪਾ ਸਕਦੇ ਹਾਂ ਆਪਣਾ ਜੈਕਟ ਤੇ 베ਬੀ ਫਰੌਕ ਬਣਾਵਾਂਗੇ ਤਾਂ ਫਿਰ ਵੀ ਜਿਹੜਾ ਆਪਣਾ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਜਿਹੜਾ ਆਪਣਾ ਇਹ ਡਿਜ਼ਾਈਨ ਆ ਸਿਰਫ 6 ਸਲਾਈਆਂ ਦਾ ਡਿਜ਼ਾਈਨ ਜਿਹੜੇ ਆਪਾਂ ਇਹਦੇ ਵਾਸਤੇ ਕੁੰਡੇ ਲੈਣੇ 19 ਦੇ ਮਲਟੀਪਲ ਆਪਾਂ 2 ਕੁੰਡੇ ਵਾਧੂ ਲੈਣੇ ਆ ਮੇਰੇ ਕੋਲ ਇਹ 40 ਕੁੰਡੇ ਆ 40 ਕੁੰਡਿਆਂ ਤੇ ਮੈਂ ਤੁਹਾਨੂੰ ਡਿਜ਼ਾਈਨ ਬਣਾ ਕੇ ਦਿਖਾਵਾਂਗੀ ਤੇ ਇਹ ਮੇਰਾ ਦੋ ਵਾਰ ਇੱਥੇ ਡਿਜ਼ਾਈਨ ਬਣਾਇਆ ਤੀਸਰੀ ਵਾਰ ਆਪਾਂ ਹੁਣ ਉੱਪਰ ਇਸ ਤਰ੍ਹਾਂ ਡਿਜ਼ਾਈਨ ਬਣਾਵਾਂਗੇ ਆਪਣਾ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਆਪਣੀ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਤਾਰ ਲੈਣਾ ਹੁਣ ਥ੍ਰੈਡ ਕਰਨਾ ਹੈ ਆਪਾਂ ਅੱਗੇ ਹੈ ਆਪਣਾ ਇਹ ਸਿੱਧਾ ਪਾਸਾ ਤੇ ਸਲਾਈ ਆਪਾਂ ਸਾਰੀ ਜਿਹੜੀ ਇਹ ਉਲਟੀ ਬਣਾਵਾਂਗੇ ਇਸ ਤਰ੍ਹਾਂ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਇਸ ਤਰ੍ਹਾਂ ਆਪਾਂ ਸਿੱਧੇ ਪਾਸੇ ਤੋਂ ਪਹਿਲੀ ਸਲਾਈ ਸਾਰੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਹੁਣ ਆਪਾਂ ਉਲਟ ਪਾਸੇ ਤੇ ਬਣਾਉਣੀ ਹੈ ਦੂਸਰੀ ਸਲਾਈ ਆਪਣੇ ਡਿਜ਼ਾਈਨ ਦੀ ਉਲਟੇ ਪਾਸੇ ਤੋਂ ਆਪਾਂ ਇੱਕ ਕੁੰਡਾ ਇਸ ਤਰ੍ਹਾਂ ਤਾਰ ਲੈਣਾ ਪਹਿਲਾਂ ਫਿਰ ਫ੍ਰੈਡ ਕਰਨਾ ਆਪਾਂ ਪਿੱਛੇ ਸਾਰੀ ਸਲਾਈ ਆਪਾਂ ਸਿੱਧੀ ਬਣਾਉਣੀ ਹੈ ਹੈ ਆਪਾਂ ਉਹਲਟ ਪਾਸਾ ਸਲਾਈ ਆਪਾਂ ਸਾਰੀ ਇਸ ਤਰ੍ਹਾਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੁਣ ਆਪਾਂ ਸਿੱਧੇ ਪਾਸੇ ਤੋਂ ਆਪਣੀ ਤੀਸਰੀ ਸਲਾਈ ਬਣਾਵਾਂਗੇ ਦੋ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਇੱਕ ਕੁੰਡਾ ਆਪਾਂ ਚੈਣ ਵਾਲਾ ਜਿਹੜੇ ਆ ਤਾਰ ਲੈਣਾ ਥ੍ਰੈਡ ਕਰਨਾ ਪਿੱਛੇ ਹੁਣ ਸਿੱਧੇ ਪਾਸੇ ਤੋਂ ਤੀਸਰੀ ਸਲਾਈ ਆਪਣੀ ਸਾਰੀ ਸਿੱਧੀ ਬਣਾਵਾਂਗੇ ਇਸ ਤਰ੍ਹਾਂ ਸਿੱਧੀ ਸਲਾਈ ਬਣਾ ਕੇ ਕੰਪਲੀਟ ਕਰ ਲਾਂਗੇ ਜਿੰਨੇ ਵੀ ਕੁੰਡੇ ਆਪਣੇ ਕੋਲੇ ਹੋਣਗੇ ਇਸ ਤਰ੍ਹਾਂ ਸਾਰੀ ਸਲਾਈ ਆਪਣੀ ਸਿੱਧੀ ਹੁਣ ਆਪਾਂ ਆ ਗਏ ਚੌਥੀ ਸਲਾਈ ਤੇ ਉਲਟ ਪਾਸੇ ਤੇ ਚੌਥੀ ਸਲਾਈ ਆਪਾਂ ਉਲਟ ਪਾਸੇ ਤੋਂ ਸਾਰੀ ਆਪਣੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ ਇਹ ਚਾਰ ਸਲਾਈਆਂ ਤਾਂ ਆਪਣੀਆਂ ਜਿਹੜੀਆਂ ਸਿੱਧੀਆਂ ਉਲਟੀਆਂ ਹੀ ਹੁੰਦੀਆਂ ਪੰਜਵੀਂ ਸਲਾਈ ਤੇ ਆਪਣਾ ਸਿੱਧੇ ਪਾਸੇ ਤੋਂ ਡਿਜ਼ਾਈਨ ਬਣੂਗਾ ਇਸੇ ਤਰ੍ਹਾਂ ਸਾਰੀ ਸਲਾਈ ਕੰਪਲੀਟ ਕਰ ਲੈਣੀ ਹੈ ਆਪਾਂ ਹੁਣ ਆਪਾਂ 5ਵੀਂ ਸਲਾਈ ਤੇ ਸਿੱਧੇ ਪਾਸੇ ਤੇ ਇਹਦੇ ਤੇ ਆਪਣਾ ਡਿਜ਼ਾਈਨ ਬਣੂਗਾ ਇਸ ਲਈ ਜਿਹੜੀ ਹੈ ਆਪਣੀ ਸਲਾਈ ਹੈ ਧਿਆਨ ਨਾਲ ਦੇਖਣੀ ਇੱਕ ਕੁੰਡਾ ਤਾਂ ਪਹਿਲਾਂ ਆਪਾਂ اتار ਲੈਣਾ ਇਸ ਤਰ੍ਹਾਂ ਫਿਰ ਆਪਣਾ ਥ੍ਰੈਡ ਕਰਨਾ ਆਪਾਂ ਅੱਗੇ ਹੁਣ ਆਪਾਂ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਫਿਰ ਥ੍ਰੈਡ ਅੱਗੇ ਰੱਖਣਾ ਇਸੇ ਤਰ੍ਹਾਂ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਉਲਟਾ ਫੇਰ ਆਪਾਂ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਉਲਟਾ ਤਿੰਨ ਵਾਰ ਆਪਾਂ ਇਸ ਤਰ੍ਹਾਂ ਦੋ ਦੋ ਕੁੰਡਿਆਂ ਦਾ ਜਿਹੜਾ ਇੱਕ ਕੁੰਡਾ ਬਣਾ ਲਿਆ ਹੁਣ ਆਪਾਂ ਥ੍ਰੈਡ ਕਰਨਾ ਹੈ ਪਿੱਛੇ ਇੱਕ ਕੁੰਡਾ ਬਣਾ ਲੈਣਾ ਸਿੱਧਾ ਹੁਣ ਆਪਾਂ ਥ੍ਰੈਡ ਅੱਗੇ ਕਰਨਾ ਹੈ ਜਾਲੀ ਬਣਾਉਣੀ ਹੈ ਇੱਕ ਕੁੰਡਾ ਸਿੱਧਾ ਇੱਕ ਵਾਰ ਜਾਲੀ ਬਣ ਗਈ ਆਪਣੀ ਥ੍ਰੈਡ ਅੱਗੇ ਦੂਸਰੀ ਵਾਰ ਜਾਲੀ ਕੁੰਡਾ ਸਿੱਧਾ ਥ੍ਰੈਡ ਅੱਗੇ ਤੀਸਰੀ ਵਾਰ ਜਾਲੀ ਕੁੰਡਾ ਬਣਾਵਾਂਗੇ ਸਿੱਧਾ थ्रेड ਅੱਗੇ ਚੌਥੀ ਵਾਰ ਜਾਲੀ ਬਣ ਗਈ ਆਪਣੀ ਇਸ ਤਰ੍ਹਾਂ ਕੁੰਡਾ ਸਿੱਧਾ ਪੰਜਵੀਂ ਵਾਰ ਜਾਲੀ ਇਸ ਤਰ੍ਹਾਂ ਬਣ ਗਈ ਕੁੰਡਾ ਸਿੱਧਾ थ्रेड ਅੱਗੇ ਛੇਵੀਂ ਵਾਰ ਆਪਣੀ ਜਾਲੀ ਬਣ ਗਈ ਇਸ ਤਰ੍ਹਾਂ ਹੁਣ ਆਪਣੇ ਕੋਲ ਇਹ 3 4 5 6 7 8 9 10 11 12 13 14 15 16 16 ਕੁੰਡੇ ਹੋ ਗਏ 19 ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਫਿਰ ਆਪਾਂ थ्रेड ਕਰਨਾ ਅੱਗੇ ਦੋ ਕੁੰਡਿਆਂ ਦਾ ਬਣਾਉਣਾ ਆਪਾਂ ਇੱਕ ਕੁੰਡਾ ਇਸ ਤਰ੍ਹਾਂ ਫੇਰ ਦੋ ਕੁੰਡਿਆਂ ਦਾ ਬਣਾਉਣਾ ਇੱਕ ਕੁੰਡਾ ਫੇਰ ਦੋ ਕੁੰਡਿਆਂ ਦਾ ਬਣਾਉਣਾ ਇੱਕ ਕੁੰਡਾ 19 ਕੁੰਡੇ ਹੋ ਗਏ ਆਪਣੇ ਕੋਲੇ ਪਹਿਲਾਂ ਆਪਾਂ ਇੱਕ ਕੁੰਡਾ ਤਾਰਿਆ ਦੋ ਦਾ ਇੱਕ ਕੀਤਾ ਉਲਟਾ ਦੋ ਦਾ ਇੱਕ ਕੀਤਾ ਉਲਟਾ ਦੋ ਦਾ ਇੱਕ ਕੀਤਾ ਉਲਟਾ ਫੇਰ ਆਪਣੇ ਤਿੰਨ ਕੁੰਡੇ ਇੱਥੇ ਘਟੇ ਸੀਗੇ ਫੇਰ ਆਪਾਂ ਇੱਥੇ ਤਿੰਨ ਜਾਲੀਆਂ ਬਣਾਇਆ ਤੇ ਤਿੰਨ ਜਾਲੀਆਂ ਆਪਾਂ ਇਧਰਲੇ ਕੁੰਡਿਆਂ ਦੀਆਂ ਬਣਾਵਾਂਗੇ ਛੇ ਜਾਲੀਆਂ ਵਿੱਚ ਬਣਾਵਾਂਗੇ 19 ਕੁੰਡੇ ਹੋਗੇ ਇਹ 19 ਕੁੰਡੇ ਆਪਾਂ ਬਾਰ-ਬਾਰ ਰਿਪੀਟ ਕਰਨੇ ਆ ਫੇਰ ਉਸੇ ਤਰ੍ਹਾਂ ਜਿਵੇਂ ਆਪਾਂ ਇੱਥੇ ਡਿਜ਼ਾਈਨ ਜਿਹੜਾ ਸਟਾਰਟ ਕੀਤਾ ਆਪਣਾ ਦੋ ਕੁੰਡਿਆਂ ਦਾ ਬਣਾਵਾਂਗੇ ਆਪਾਂ ਇੱਕ ਕੁੰਡਾ ਉਲਟਾ ਫੇਰ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਉਲਟਾ ਫੇਰ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਇੱਕ ਕੁੰਡਾ ਆਪਣਾ ਬਣੂਗਾ ਸਿੱਧਾ ਫੇਰ ਉਸੇ ਤਰ੍ਹਾਂ ਆਪਾਂ 6 ਜਾਲੀਆਂ ਬਣਾਉਣੀਆਂ ਇੱਥੇ ਥ੍ਰੈਡ ਅੱਗੇ ਇੱਕ ਜਾਲੀ ਬਣ ਗਈ ਇੱਕ ਹੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਹੁੰਡਾ ਸਿੱਧਾ ਦੋ ਜਾਲੀਆਂ ਬਣ ਗਈਆਂ ਥ੍ਰੈਡ ਅੱਗੇ ਤੀਸਰਾ ਹੁੰਡਾ ਸਿੱਧਾ ਤਿੰਨ ਜਾਲੀਆਂ ਥ੍ਰੈਡ ਅੱਗੇ ਚੌਥਾ ਹੁੰਡਾ ਸਿੱਧਾ ਚਾਰ ਜਾਲੀਆਂ ਥ੍ਰੈਡ ਅੱਗੇ ਪੰਜਵਾਂ ਹੁੰਡਾ ਸਿੱਧਾ ਪੰਜ ਜਾਲੀਆਂ ਥ੍ਰੈਡ ਅੱਗੇ ਛੇਵਾਂ ਹੁੰਡਾ ਸਿੱਧਾ ਛੇ ਜਾਲੀਆਂ ਫੇਰ ਆਪਾਂ ਉਸੇ ਤਰ੍ਹਾਂ ਦੋ ਦਾ ਬਣਾਵਾਂਗੇ ਕੁੰਡਾ ਉਲਟਾ ਦੋ ਦਾ ਬਣਾਵਾਂਗੇ ਕੁੰਡਾ ਉਲਟਾ ਦੋ ਦਾ ਬਣਾਵਾਂਗੇ ਆਪਾਂ ਇਹ ਕੁੰਡਾ ਉਲਟਾ ਤੇ ਆਪਾਂ ਤੀਸਰੀ ਵਾਰ ਬਣਾਇਆ ਦੋ ਦਾ ਇੱਕ ਕੁੰਡਾ ਉਲਟਾ ਐਸਟਰਾ ਥ्रेड ਕਰਾਂਗੇ ਪਿੱਛੇ ਲਾਸਟ ਵਾਲਾ ਕੁੰਡਾ ਆਪਾਂ ਬਣਾਵਾਂਗੇ ਸਿੱਧਾ ਹੁਣ ਆਪਣੀ ਪੰਜਵੀਂ ਸਲਾਈ ਇਸ ਤਰ੍ਹਾਂ ਕੰਪਲੀਟ ਹੋ ਗਈ ਡਿਜ਼ਾਈਨ ਦੀ ਇੱਕ ਵਾਰ ਮੈਂ ਫਿਰ ਤੁਹਾਨੂੰ ਦੱਸ ਦਿੰਨੀ ਆ ਇਸ ਤਰ੍ਹਾਂ ਇੱਕ ਕੁੰਡਾ ਪਾ ਤਾਰਿਆ ਸੀ ਫਿਰ ਦੋ ਦਾ ਇੱਕ ਬਣਾਇਆ ਉਲਟਾ ਦੋ ਦਾ ਇੱਕ ਉਲਟਾ ਦੋ ਦਾ ਇੱਕ ਉਲਟਾ ਇੱਕ ਕੁੰਡਾ ਸਿੱਧਾ ਬਣਾ ਲਿਆ ਥ੍ਰੈਡ ਅੱਗੇ ਕੀਤਾ ਇਹ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਇਸ ਤਰ੍ਹਾਂ ਆਪਾਂ 6 ਜਾਲੀਆਂ ਬਣਾ ਲੀਆਂ ਫੇਰ ਉਸ ਤੋਂ ਬਾਅਦ ਇਹ ਕੁੰਡਾ ਸਿੱਧਾ ਬਣਾਇਆ ਫੇਰ ਦੋ ਦਾ ਇੱਕ ਦੋ ਦਾ ਇੱਕ ਦੋ ਦਾ ਇੱਕ ਇਹ ਆਪਣੇ ਉਨੀ ਕੁੰਡੇ ਹੋ ਫੇਰ ਅੱਗੇ ਫੇਰ ਡਿਜ਼ਾਈਨ ਆਪਣਾ ਉਨੀ ਕੁੰਡਿਆਂ ਦਾ ਸਟਾਰਟ ਹੋ ਗਿਆ ਦੋਆਂ ਦਾ ਇੱਕ ਬਣਾਇਆ ਤਾਂ ਉਲਟਾ ਦੋ ਦਾ ਇੱਕ ਉਲਟਾ ਦੋ ਦਾ ਇੱਕ ਉਲਟਾ ਕੁੰਡਾ ਸਿੱਧਾ ਫੇਰ ਆਪਾਂ ਥ੍ਰੈਡ ਅੱਗੇ ਕਰਕੇ 6 ਜਾਲੀਆਂ ਬਣਾਵਾਂਗਾ ਲਾਸਟ ਤੇ ਆਪਾਂ ਉਸੇ ਤਰ੍ਹਾਂ ਫੇਰ ਦੋ ਦਾ ਇੱਕ ਉਲਟਾ ਦੋ ਦਾ ਇੱਕ ਉਲਟਾ ਦੋ ਦਾ ਇੱਕ ਉਲਟਾ ਇਹ ਕੁੰਡਾ ਸਿੱਧਾ ਇਹੀ ਉਨੀ ਉਨੀ ਕੁੰਡਿਆਂ ਦਾ ਪਾ ਡਿਜ਼ਾਈਨ ਜਿੰਨੇ ਵੀ ਕੁੰਡੇ ਆਪਾਂ ਲਏ ਹੋਣਗੇ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਣਾ ਪੰਜਵੀਂ ਸਲਾਈ ਵਿੱਚ ਤੇ ਛੇਵੀਂ ਸਲਾਈ ਜਿਹੜੀ ਆਪਾਂ ਸਾਰੀ ਛੇਵੀਂ ਤੇ ਲਾਸਟ ਸਲਾਈ ਆਪਣੇ ਡਿਜ਼ਾਈਨ ਦੀ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਆਪਣੀ ਤਾਂ ਡਿਜ਼ਾਈਨ ਆਪਣਾ ਜਿਹੜਾ ਕੰਪਲੀਟ ਹੋ ਜਾਊਗਾ ਇਸ ਤਰ੍ਹਾਂ ਸਾਰੀ ਸਲਾਈ ਉਲਟੀ ਲਓ ਜੀ ਡਿਜ਼ਾਈਨ ਆਪਣਾ ਬਣ ਕੇ ਕੰਪਲੀਟ ਹੋ ਗਿਆ ਤੇ ਤੁਸੀਂ ਵੀ ਇਸ ਡਿਜ਼ਾਈਨ ਨੂੰ ਜ਼ਰੂਰ ਬਣਾ ਕੇ ਦੇਖਿਓ ਜਦੋਂ ਆਪਾਂ ਡਿਜ਼ਾਈਨ ਜਿਹੜਾ ਦੁਵਾਰਾ ਸਟਾਰਟ ਕਰਨਾ ਉਸੇ ਤਰ੍ਹਾਂ ਸਿੱਧੇ ਪਾਸੇ ਤੋਂ ਉਲਟੀ ਸਲਾਈ ਬਣਾ ਕੇ ਫਿਰ ਉਲਟੇ ਪਾਸੇ ਤੋਂ ਸਿੱਧੀ ਇਸ ਤਰ੍ਹਾਂ ਆਪਣਾ ਡਿਜ਼ਾਈਨ ਦੁਵਾਰਾ ਸਟਾਰਟ ਹੋ ਜਾਊਗਾ ਕਿਸ ਤਰ੍ਹਾਂ ਦਾ ਤੁਹਾਨੂੰ ਜਿਹੜਾ ਡਿਜ਼ਾਈਨ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਜੀ ਤੇ ਮੇਰੇ ਸਰਬ ਕ੍ਰੇਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾ ਜੋ ਹੋਰ ਵੀ ਸੋਹਣੇ ਸੋਹਣੇ ਡਿਜ਼ਾਈਨ ਆ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਸਕਾਂ ਧੰਨਵਾਦ